ਇਹ ਤਸਵੀਰਾਂ ਦੇਖ ਕੇ ਇੱਕ ਵਾਰ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਮਹਿਲਾ ਦੇ ਨਾਲ ਦਿਨ ਦਿਹਾੜੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਨੇ। ਇਹ CCTV ਤਸਵੀਰ ਬਲਟਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਦਿਨ ਦਿਹਾੜੇ ਲੁੱਟ ਖੋਹ ਹੋਈ ਹੈ ਮਹਿਲਾ ਦੇ ਨਾਲ। ਹੁਣ ਸਭ ਤੋਂ ਪਹਿਲਾਂ ਇਸ CCTV ਨੂੰ ਧਿਆਨ ਨਾਲ ਦੇਖੋ। ਸੜਕ ਤੋਂ ਜਦ ਮਹਿਲਾ ਲੰਘ ਰਹੀ ਹੁੰਦੀ ਹੈ ਤਾਂ ਪਿੱਛੋਂ ਦੀ ਇੱਕ ਬਾਈਕ 'ਤੇ ਦੋ ਨੌਜਵਾਨ ਆਉਂਦੇ ਨੇ ਅਤੇ ਪਹਿਲਾਂ ਮਹਿਲਾ ਤੋਂ ਪਰਸ ਖੋਹਦੇ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਦ ਮਹਿਲਾ ਉਹਨਾਂ ਦੇ ਪਿੱਛੇ ਭੱਜਦੀ ਹੈ ਤਾਂ ਮਹਿਲਾ ਭੱਜਦੀ ਭੱਜਦੀ ਡਿੱਗ ਪੈਂਦੀ ਹੈ। ਉਸਦਾ ਵਸ ਨਹੀਂ ਚੱਲਦਾ ਅਤੇ ਜਦ ਮਹਿਲਾ ਦੇ ਹੱਥ ਵਸ ਕੁਛ ਨਹੀਂ ਰਹਿੰਦਾ ਤਾਂ ਉਹ ਦਰਖਤ ਦੇ ਹੇਠਾਂ ਖੜ੍ਹ ਜਾਂਦੀ ਹੈ ਅਤੇ ਕੁਝ ਦੇਰ ਬਾਅਦ ਵਾਪਸ ਚਲ ਜਾਂਦੀ ਹੈ। ਪਰ ਲਗਾਤਾਰ ਤੁਸੀਂ ਦੇਖੋ ਪੰਜਾਬ ਦੇ ਵਿੱਚ ਲੁੱਟ ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਰੋਜ਼ਾਨਾ ਨਵੀਂ ਤਸਵੀਰ ਸਾਹਮਣੇ ਆਉਂਦੀ ਹੈ ਕਿ ਕਦੇ ਕਿਸ ਥਾਂ ਲੁੱਟ ਹੋਈ ਹੈ ਅਤੇ ਕਦੇ ਕਿਤੇ ਲੁੱਟ ਹੋ ਜਾਂਦੀ ਹੈ। ਪੰਜਾਬ ਦੀ ਇਹ ਬਦਲਦੀ ਤਸਵੀਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ।